ਸਾਰੇ ਮੈਂਬਰ, ਮੈਡਮ ਸੀ ਕੰਪਿਊਟਰ ਵਾਲੀ ਔਰ ਇੱਕ ਹੋਰ ਸਰ ਦੇ। ਜੈਸੇ ਮੈਂ ਐਂਟਰ ਹੁਆ ਮੈਂ ਕਮਿੰਗ ਸਰ ਕਹਾ, ਉਹਨਾਂ ਨੇ ਕਿਹਾ ਬੇਟਾ ਆ ਜਾਏ, ਮੈਨੇ ਸਲਾਮ ਕੀਆ, ਉਸਕੇ ਬਾਅਦ ਬੋਲਾ ਬੇਟਾ ਬੈਠੇ, ਹੈਵ ਆ ਸੀਟ ਪਲੀਜ਼। ਉਹਨਾਂ ਨੇ ਇੰਟਰੋਡਕਸ਼ਨ ਤੋਂ ਐਜ ਸੱਚ ਨਹੀਂ ਲਿਆ, ਉਹਨਾਂ ਨੇ ਸਿੱਧਾ ਕੁਐਸਚਨ ਕੀਆ, ਆਪ ਯੇ ਬਤਾਏ ਬੇਟਾ ਜੋ ਪੈਮਾਇਸ਼ ਕੀ ਸਭਸੇ ਛੋਟੀ ਇਕਾਈ ਹੋਤੀ ਹੈ ਇਰੀਗੇਸ਼ਨ ਮੇਂ ਜਾਂ ਐਗਰੀਕਲਚਰ ਮੇਂ, ਵੋ ਕਿਆ ਹੋਤੀ ਹੈ। ਮੈਨੇ ਕਿਹਾ ਸਰ ਵੋ ਕਰਮ ਹੋਤੀ ਹੈ। ਉਹਨਾਂ ਨੇ ਪੁੱਛਿਆ ਬੇਟਾ ਕਰਮ ਮੇਂ ਕਿਤਨੇ ਫੁੱਟ ਹੋਤੇ ਹੈ? ਮੈਨੇ ਕਿਹਾ ਸਰ 5.5 ਫੁੱਟ ਹੋਤੇ ਹੈ। ਫਿਰ ਉਹਨਾਂ ਨੇ ਉਹ ਅਸਲ ਮੇਂ ਸਰ ਮੇਰਾ ਖਿਆਲ ਹੈ ਕਿ ਵੋ ਰੈਵੀਨਿਊ ਡਿਪਾਰਟਮੈਂਟ ਕੋ ਕਾਫੀ ਜਾਣਦੇ ਥੇ, ਉਹਨਾਂ ਨੇ ਬੜੇ ਡੀਪ ਕੁਐਸਚਨ ਵੀ ਕੀਏ, ਕੁਛ ਐਸੇ ਥੇ ਜਿਨ ਪੇ ਮੈਨੇ ਸੋਰੀ ਬੋਲਾ, ਕੁਛ ਐਸਾ ਜੋ ਮੁਝੇ ਯਾਦ ਨਹੀਂ ਹੈ ਉਸ ਤਰ੍ਹਾਂ ਸੇ। ਔਰ ਸਰ ਨੇ ਮੁਝੇ ਬੋਲਾ ਕਿ ਬੇਟਾ ਆਪ ਕਨਾਲ ਪਟਵਾਰੀ ਕੀ ਡਿਊਟੀਜ਼ ਕੋ ਜਾਣਤੇ ਹੈ ਜਾਂ ਆਪ ਯੇ ਬਤਾਏ ਕਭੀ ਕਨਾਲ ਪਟਵਾਰੀ ਸੇ ਆਪਕਾ ਵਾਸਤਾ ਪੜਾ? ਮੈਨੇ ਕਿਹਾ ਸਰ ਕਨਾਲ ਪਟਵਾਰੀ ਸੇ ਡਾਇਰੈਕਟ ਵਾਸਤਾ ਤੋ ਨਹੀਂ ਪੜਾ, ਲੇਕਿਨ ਜੋ ਨੀਚੇ ਹੋਤੇ ਹੈ ਬੇਲਦਾਰ ਜਾਂ ਦੂਸਰੇ ਇਨਸੇ ਵਾਸਤਾ ਪੜਾ ਹੈ। ਫਿਰ ਉਹਨਾਂ ਨੇ ਬੋਲਾ ਬੇਟਾ ਜੋ ਪੈਮਾਇਸ਼ ਕਰਤੇ ਹੈ ਰੈਵਨਿਊ ਪਟਵਾਰੀ ਵਾਲੇ, ਵੋ ਰੈਵਨਿਊ ਪਟਵਾਰੀ ਪੈਮਾਇਸ਼ ਕਰਤਾ ਤਾਂ ਉਸਕੇ ਪਾਸ ਕੌਨ ਸੇ ਟੂਲਸ ਹੋਤੇ ਹੈ? ਮੈਨੇ ਕਿਹਾ ਸਰ ਬੇਸਿਕਲੀ ਉਸਕੇ ਪਾਸ ਇੱਕ ਫੀਤਾ ਹੋਤਾ ਹੈ ਜਿਸੇ ਵੋ ਆਪਣਾ ਕਹਤੇ ਹੈ ਇੰਚੀ ਟੇਪ, ਉਸਕੇ ਇਲਾਵਾ ਸਰ ਜੰਡੀਆਂ ਹੋਤੀ ਹੈ ਔਰ ਕੰਪਸ ਹੋਤਾ ਹੈ। ਉਹ ਕਹਤੇ ਹੈ ਠੀਕ ਹੈ ਬੇਟਾ। ਔਰ ਉਨਕੇ ਇਲਾਵਾ ਉਹਨੇ ਆਪਣੇ ਲੈਫਟ ਸਾਈਡ ਪਰ ਰੈਫਰ ਕੀਆ, ਵੋ ਵੀ ਸਰ ਇਰੀਗੇਸ਼ਨ ਡਿਪਾਰਟਮੈਂਟ ਸੇ ਥੇ। ਉਹਨਾਂ ਨੇ ਸਭਸੇ ਪਹਿਲੇ ਯਹੀ ਪੁੱਛਾ ਖਤੂਨੀ ਕਿਆ ਹੋਤੀ ਹੈ? ਮੈਨੇ ਕਿਹਾ ਸਰ ਯੇ ਕਾਸ਼ਤਕਾਰ ਕੋ ਨੰਬਰ ਦਿਆ ਜਾਤਾ ਹੈ, ਬੇਸਿਕਲੀ ਕਾਸ਼ਤਕਾਰ ਕੋ ਖਤੂਨੀ ਕਹਤੇ ਹੈ। ਉਸਕੇ ਬਾਅਦ ਉਹਨਾਂ ਨੇ ਪੁੱਛਿਆ ਬੇਟਾ ਆਪ ਯੇ ਬਤਾਏ ਕਿ ਜੋ ਖਸਰਾ ਨੰਬਰ ਹੈ ਔਰ ਮੋਜ਼ਾ ਯੇ ਕਿਆ ਹੋਤਾ ਹੈ? ਮੈਨੇ ਸਰ ਖਸਰਾ ਨੰਬਰ ਕਿਲਾ ਨੰਬਰ ਹੋਤਾ ਹੈ, ਇਸੇ ਇੱਕ ਨੰਬਰ ਵੀ ਕਹਤੇ ਹੈ। ਔਰ ਜੋ ਮੋਜ਼ਾ ਹੋਤਾ ਹੈ ਸਰ, ਇਸਮੇਂ ਇੱਕ ਬੜਾ ਗਾਓਂ ਵੀ ਆ ਸਕਤਾ ਹੈ ਔਰ ਦੋ ਸੇ ਤੀਨ ਗਾਓਂ ਵੀ ਇੱਕ ਮੋਜ਼ੇ ਮੇਂ ਹੋਤੇ ਹੈ ਸਰ। ਤੋ ਉਹਨਾਂ ਕਿਹਾ ਠੀਕ ਹੈ ਬੇਟਾ, ਆਪ ਕਨਾਲ ਪਟਵਾਰੀ ਕੀ ਡਿਊਟੀਜ਼ ਬਤਾਏ ਮੁਝੇ। ਮੈਨੇ ਕਿਹਾ ਸਰ ਇਸਕਾ ਬੇਸਿਕ ਕਾਮ ਜੋ ਹੈ ਅਭਿਆਨਾ ਕੋ ਯੇ ਲਗਾਤਾ ਹੈ ਲੋਕਾਂ ਕੋ ਉੱਪਰ, ਅਭਿਆਨਾ ਕਿਤਨਾ ਬੰਦਾ ਹੈ ਇੱਕ ਫਸਲ ਪੇ, ਉਸਕੇ ਇਲਾਵਾ ਸਰ ਕੋਈ ਪਾਣੀ ਚੋਰੀ ਕਰਤਾ ਤੋ ਤਵਾਨ ਕੀ ਕੈਲਕੂਲੇਸ਼ਨ ਇਹਨਾਂ ਨੇ ਕਰਨੀ ਹੋਤੀ ਹੈ ਔਰ ਆਗੇ ਆਪਣੀ ਇਮੀਡੀਏਟ ਬੋਸ ਕੋ ਦੇਣੀ ਹੋਤੀ ਹੈ ਸਰ, ਯੇ ਇਤਨਾ ਤਵਾਨ ਬਣਤਾ ਹੈ। ਤੋ ਬੇਸਿਕ ਯੇ ਡਿਊਟੀ ਹੈ ਸਰ ਇਸਕੀ, ਔਰ ਆਪਣੇ ਵਰਕ ਮੇਂ ਅਸਿਸਟ ਕਰਤਾ ਹੈ ਜ਼ਿਲ੍ਹਾ ਦਾਰ ਸਾਹਿਬ ਕੋ। ਇਸਕੇ ਬਾਅਦ ਉਹਨਾਂ ਨੇ ਮੈਡਮ ਕੇ ਪਾਸ ਰੈਫਰ ਕੀਆ, ਤੋ ਮੈਡਮ ਕੰਪਿਊਟਰ ਵਾਲੇ ਥੇ, ਉਹਨਾਂ ਨੇ ਵਹੀ ਕੁਐਸਚਨ ਸਭਸੇ ਪਹਿਲੇ ਮੁਝੇ ਕੀਆ, ਕਲਾਊਡ ਸਟੋਰੇਜ ਕਿਆ ਹੋਤੀ ਹੈ ਜੋ ਮੈਨੇ ਪਹਿਲੇ ਡਿਸਕਸ ਕੀਆ। ਉਸਕੇ ਬਾਅਦ ਉਹਨਾਂ ਨੇ ਕੁਐਸਚਨ ਕੀਆ ਕਿ ਆਪ ਬਤਾਏ ਹਮਨੇ ਵੋ ਕਰਨਾ ਹੈ ਕਾਪੀਰਾਈਟ ਕਾ ਸਿੰਬਲ ਲਗਾਣਾ ਹੈ, ਤੋ ਆਪ ਕੌਨ ਸੀ ਸ਼ਾਰਟਕੱਟ ਕੀ ਹੋਗੀ? ਮੈਨੇ ਬਤਾਇਆ ਉਹਨਾਂ ਕੋ ਆਲਟ ਪਲੱਸ ਕੰਟਰੋਲ ਪਲੱਸ ਸੀ। ਉਸਕੇ ਬਾਅਦ ਉਹਨਾਂ ਨੇ ਪੁੱਛਿਆ ਬੇਟਾ ਜੋ ਪੇਸਟ ਸਪੈਸ਼ਲ ਹੈ ਔਰ ਫਾਰਮੇਟ ਪੇਂਟਰ ਹੈ ਇਨਮੇਂ ਕਿਆ ਫਰਕ ਹੈ? ਮੈਨੇ ਕਿਹਾ ਮੈਮ ਫਾਰਮੇਟ ਪੇਂਟਰ ਤੋਂ ਯੇ ਹੋਤਾ ਹੈ ਕਿ ਆਪਨੇ ਕਿਸੀ ਪੈਰਾਗ੍ਰਾਫ ਪੇ ਕਿਸੀ ਲਾਈਨ ਪੇ ਫਾਰਮੇਟਿੰਗ ਕੀ ਹੈ, ਤੋ ਆਪ ਉਸਕੋ ਸੇਮ ਐਜ ਇਟ ਇਜ਼ ਕਿਸੀ ਔਰ ਜਗ੍ਹਾ ਪੇ ਕਰਨਾ ਚਾਹਤੇ ਹੈ ਵਹਾਂ ਜਾ ਕੇ ਆਪ ਕਲਿੱਕ ਕਰ ਰਹੇ ਹੋ ਔਰ ਹੋ ਜਾਤੀ ਹੈ ਜਬ ਫਾਰਮੇਟ ਪੇਂਟਰ ਕਲਿੱਕ ਹੋ। ਉਸਕੇ ਬਾਅਦ ਪੇਸਟ ਸਪੈਸ਼ਲ ਯੇ ਹੈ ਕਿ ਆਪਨੇ ਕਿਸੀ ਜਗ੍ਹਾ ਸੇ ਫਾਈਲ ਜੈਸੇ ਐਕਸਲ ਕੀ ਫਾਈਲ ਆਪ ਵਰਡ ਮੇਂ ਲਾਣਾ ਚਾਹ ਰਹੇ ਹੈਂ, ਤੋ ਆਪ ਵਹਾਂ ਸੇ ਪੇਸਟ ਸਪੈਸ਼ਲ ਕਲਿੱਕ ਕਰਕੇ ਜਬ ਐਕਸਲ ਮੇਂ ਆਏਂਗੇ ਤੋ ਆਪਕੋ ਆਪਸ਼ਨ ਦੇ ਦੇਗਾ ਕਿ ਆਪਨੇ ਐਜ ਇਟ ਇਜ਼ ਕਾਪੀ ਕਰਨਾ ਹੈ ਜਾਂ ਥੋੜ੍ਹੀ ਫਾਰਮੇਟਿੰਗ ਚੇਂਜ ਕਰਨੀ ਹੈ, ਇਸਮੇਂ ਬੇਸਿਕ ਯੇ ਫਰਕ ਹੈ। ਫਿਰ ਉਹਨੇ ਪੁੱਛਿਆ ਕਿ ਆਪ ਬਤਾਏ ਵਾਟਰ ਮਾਰਕ ਜੋ ਹੈ ਐਮ ਐਸ ਵਰਡ ਮੇਂ ਕਿਸ ਟੈਬ ਮੇਂ ਹੋਤਾ ਹੈ? ਮੈਨੇ ਕਿਹਾ ਮੈਮ ਵੋ ਡਿਜ਼ਾਈਨ ਟੈਬ ਮੇਂ ਹੋਤਾ ਹੈ ਵਾਟਰ ਮਾਰਕ। ਉਸਕੇ ਇਲਾਵਾ ਉਹਨਾਂ ਨੇ ਬੋਲਾ ਕਿ ਆਪ ਯੇ ਬਤਾਏ ਜੋ ਆਪਣਾ ਵਰਕ ਕਰਤੇ ਹੈ ਆਪ ਐਕਸਲ ਪੇ ਵਰਡ ਪੇ ਪਾਵਰ ਪੁਆਇੰਟ ਪੇ, ਇਸਮੇਂ ਪਾਵਰ ਪੁਆਇੰਟ ਮੇਂ ਇੱਕ ਸਲਾਈਡ ਐਨੀਮੇਸ਼ਨ ਹੋਤਾ ਹੈ, ਵੋ ਕਿਆ ਹੋਤਾ ਹੈ? ਵੋ ਸਲਾਈਡ ਐਨੀਮੇਸ਼ਨ ਔਰ ਸਲਾਈਡ ਟ੍ਰਾਂਜੀਸ਼ਨ ਔਰ ਐਨੀਮੇਸ਼ਨ ਮੇਂ ਕਿਆ ਫਰਕ ਹੈ? ਮੈਨੇ ਕਿਹਾ ਮੈਮ ਜੋ ਸਲਾਈਡ ਐਨੀਮੇਸ਼ਨ ਹੈ ਬੇਸਿਕਲੀ ਯੇ ਓਬਜੈਕਟ ਪੇ ਲਗਾਇਆ ਜਾਂਦਾ ਹੈ, ਜੈਸੇ ਕੋਈ ਵੀ ਹਮਨੇ ਸਲਾਈਡ ਓਪਨ ਕੀ ਉਸ ਪੇ ਓਬਜੈਕਟ ਕਿਸ ਤਰੀਕੇ ਸੇ ਸ਼ੋ ਹੋ, ਯੇ ਸਲਾਈਡ ਐਨੀਮੇਸ਼ਨ ਹੈ। ਔਰ ਸਲਾਈਡ ਟ੍ਰਾਂਜੀਸ਼ਨ ਹੈ ਕਿ ਸਲਾਈਡ ਕਿਸ ਤਰ੍ਹਾਂ ਸੇ ਸ਼ੋ ਹੋ ਜਬ ਹਮ ਨਈ ਸਲਾਈਡ ਆਪਣਾ ਆਗੇ ਮੂਵ ਓਨ ਕਰਤੇ ਹੈਂ। ਤੋ ਵੋ ਉਹਨਾਂ ਨੇ ਕਿਹਾ ਠੀਕ ਹੈ ਬੇਟਾ ਆਪ ਜਾ ਸਕਤੇ ਹੈ।